ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੀਟਿੰਗ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੋਈ ਹੈ। ਸੀਐਮ ਭਗਵੰਤ ਮਾਨ ਦੀ ਜਿਹੜੀ ਅੱਜ ਅਫੀਸ਼ੀਅਲਸ ਨਾਲ ਪੁਲਿਸ ਅਫੀਸ਼ੀਅਲਸ ਨਾਲ ਮੀਟਿੰਗ ਸੀ ਉਹ ਖਤਮ ਹੋ ਚੁੱਕੀ ਹੋਈ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ अफसर जिहड़े ने उह बाहर आ रहे ने। सो तस्वीरां तुहाडे नाल सांझियां कर रहे हैं। मीटिंग है जिहड़ी है ड्रग्स नूं लैके, जिहड़े पंजाब दे विच ड्रग्स की वरतों हो रही उस नूं लैके जिहड़ी जिहड़ी अज मीटिंग हाई लैवल मीटिंग जिहड़ी है सीएम भगवंत मान वल्लों पुलिस दे आला अधिकारियों दे नाल बुलाई गई सी। उह मीटिंग जिहड़ी है समाप्त हो गई है। तस्वीरां असीं तुहानूं सिद्धियां दिखा रहे हैं, स्काई न्यूज़ पंजाब दे माध्यम नूं सिद्धियां तस्वीरां तुहानूं दिखा रहे हैं। सीएम हाउस के बाहर दीआं तस्वीरां ने जिहदे विच तुसीं देख सकदे हो कि जिहड़े आला अफसरां दे नाल आला अधिकारियों दे नाल जिहड़ी है पुलिस दे आला अधिकारियों दे नाल मीटिंग जिहड़ी है कीती गई सी, मीटिंग जिहड़ी रखी गई सी, मीटिंग जिहड़ी है समाप्त हुंदी नज़र आ रही है। तस्वीरां तुहाडे नाल सांझियां कर रहे हैं। तस्वीरां तुसीं देख सकदे हो कि आला पुलिस दे आला अधिकारी जिहड़े ने उह बाहर आ रहे ने, सीएम हाउस दे बाहर आ रहे ने। नशे नूं लै के वड्डे जिहड़े कदम चुके जाण नूं अज जिहड़ी है मीटिंग रखी गई सी। मीटिंग दे विच तुसीं तस्वीरां देख सकदे हो कि मीटिंग जिहड़ी है उह समाप्त हो चुकी हुई है, मीटिंग खत्म हो चुकी हुई है, जिस तों बाद पुलिस के आला अधिकारी जिहड़े ने उह बाहर नूं आ रहे ने। सीएम भगवंत मान दे नाल मीटिंग करके बाहर आ रहे ने। तस्वीरां तुहाडे नाल असीं सांझियां कर रहे हैं, जानने की भी जरूर कोशिश करांगे, गल करने की भी जरूर कोशिश करांगे। सो सर सर माड़ा वेरवा दस सकते हो जी की अज मीटिंग की होया जी? सर मीटिंग की मीटिंग फैसला लेके जी सर दस सकते हो जी मीटिंग की फैसला लेके जी? सर नशे नु लेके की गल बात हुई सर? एक मिनट जी सर मीटिंग का की कुछ फैसला लिया गया जी, क्योंकि नशे दे नशे नु लेके जी मीटिंग अफसर उधर आ रहे हैं। सीनियर अफसर शीशा डाउन कर लो प्लीज। सीनियर सीनियर अफसर आ रहे हैं, दे विल एक्सप्लेन एंड कोई जड़े कोई बेनती सुनो सीएम साहब जा अपने कोई नुमाइंदा जा साडे सीनियर अफसर दसनगे, मैं एंटाइटल नहीं हैगा जी। सो सॉरी ਤੁਸੀਂ ਉਹ ਜਿਹੜੇ ਇੰਟਾਈਟਲ ਹੈਗਾ ਨਾ ਮੀਟਿੰਗ ਦੇ ਵਿੱਚ ਅਹਿਮ ਸੀ ਕਿਸੇ ਡਰੱਗਸ ਦੇ ਨਸ਼ੇ ਦੇ ਮੁੱਦੇ ਨਾਲ। ਮੈਂ ਮੀਟਿੰਗ ਮੀਟਿੰਗ ਤੇ ਜਾਣਾ, ਨੈਕਸਟ ਮੀਟਿੰਗ ਫੇਰ ਆ, ਥੋੜਾ ਜਿਹਾ ਜਲਦੀ ਆ ਜੀ। ਤੁਸੀਂ ਪਲੀਜ਼ ਓਕੇ। ਸੋ ਇਹ ਸਨ ਜੋ ਜਿਹੜੇ ਅਫਸਰ ਇੱਥੇ ਮੌਜੂਦ ਰਹੇ ਨੇ। ਸੋ ਇਹਨਾਂ ਦਾ ਕਹਿਣਾ ਹੈ ਕਿ ਸੀਐਮ ਦੇ ਅੰਦਰ ਨਾਲ ਜਿਹੜੀ ਅਹਿਮ ਮੁੱਦਿਆਂ ਤੇ ਮੀਟਿੰਗ ਜ਼ਰੂਰ ਹੋਈ ਹੈ, ਹਾਲਾਂਕਿ ਇਹਨਾਂ ਨੇ ਕੁਝ ਨੁਮਾਇੰਦੇ ਜਿਹੜੇ ਆ ਕੇ ਜ਼ਰੂਰ ਦੱਸਣਗੇ ਕਿ ਅਸਲ ਦੇ ਵਿੱਚ ਇਸ ਮੀਟਿੰਗ 'ਚ ਕੀ ਹੋਇਆ, ਪਰ ਜਿਹੜੇ ਅਫਸਰ ਅੰਦਰੋਂ ਆਏ ਨੇ ਉਹਨਾਂ ਦਾ ਹਾਲੇ ਤੱਕ ਇਹੀ ਕਹਿਣਾ ਹੈ ਕਿ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਜ਼ਰੂਰ ਲਿੱਤੇ ਗਏ ਨੇ। ਸੋ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਹਾਂ ਕਿ ਪੰਜਾਬ 'ਚ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਸਨ। ਉਹਨਾਂ ਤਸਵੀਰਾਂ ਦੇ ਵਿੱਚ ਕਿਤੇ ਨਾ ਕਿਤੇ ਰੋਜ਼ ਦੇਖਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ, ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਜਿਹੜਾ ਨੌਜਵਾਨ ਉਹ ਲਗਾਤਾਰ ਡੁੱਬਦਾ ਜਾ ਰਿਹਾ। ਤਾਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਸਨ ਪੰਜਾਬ ਦੀਆਂ, ਜਿਸ ਦੇ ਵਿੱਚ ਜਿਸ ਨੂੰ ਲੈ ਕੇ ਭਗਵੰਤ ਮਾਨ ਨੇ ਅੱਜ ਇੱਕ ਹਾਈ ਲੈਵਲ ਮੀਟਿੰਗ ਜਿਹੜੀ ਹੈ ਸੱਦੀ ਸੀ, ਜੋ ਕਿ ਹੁਣ ਸਮਾਪਤ ਹੋ ਚੁੱਕੀ ਹੋਈ ਹੈ। ਮੀਟਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਲਾ ਅਫਸਰ ਨੇ ਉਹ ਬਾਹਰ ਨੂੰ ਆ ਰਹੇ ਨੇ। ਸੋ ਸੀਐਮ ਹਾਊਸ ਦੇ ਬਾਹਰ ਤਸਵੀਰਾਂ ਅਸੀਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ, ਸੀਐਮ ਹਾਊਸ ਤੋਂ ਭਗਵੰਤ ਮਾਨ ਦੇ ਨਿਵਾਸ ਤੋਂ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਕਿ ਅਫਸਰ ਜਿਹੜੇ ਨੇ ਉਹ ਬਾਹਰ ਆ ਰਹੇ ਨੇ ਹਾਈ ਲੈਵਲ ਮੀਟਿੰਗ ਦੇ ਵਿੱਚ। ਜਿਹੜਾ ਆਲਾ ਅਫਸਰ ਇੱਥੇ ਮੌਜੂਦ ਸਨ ਉਹ ਲਗਾਤਾਰ ਹੁਣ ਬਾਹਰ ਆ ਰਹੇ ਨੇ, ਮੀਟਿੰਗ ਖਤਮ ਹੋ ਚੁੱਕੀ ਹੋਈ ਹੈ। ਵੱਡੇ ਫੈਸਲੇ ਦੀ ਜਿਹੜੀ ਆਸ ਲਗਾਈ ਜਾ ਰਹੀ ਹੈ, ਕਿਆਸ ਲਗਾਈ ਜਾ ਰਹੀ ਹੈ ਕਿ ਵੱਡੇ ਫੈਸਲੇ ਸੀਐਮ ਭਗਵੰਤ ਮਾਨ ਵੱਲੋਂ ਲਿੱਤੇ ਗਏ ਨੇ, ਜਿਸ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦੀ ਜਿਹੜੀ ਹੈ ਮੁਹਿੰਮ ਜਿਹੜੀ ਹੈ ਚਲਾਉਣ ਦੀ ਗੱਲ ਕਹੀ ਜਾ ਰਹੀ ਸੀ। ਪੰਜਾਬ ਦੇ ਉੱਤੇ ਜਿਹੜਾ ਲਗਾਤਾਰ ਨਸ਼ਿਆਂ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ, ਨੌਜਵਾਨੀ ਜਿਹੜੀ ਹੈ ਇਸ ਵੇਲੇ ਜਿਹੜੀ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ। ਉਸ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਵੱਲੋਂ ਇੱਕ ਵੱਡੀ ਮੀਟਿੰਗ ਜਿਹੜੀ ਇੱਕ ਵੱਡੀ ਬੈਠਕ ਜਿਹੜੀ ਹੈ ਉਹ ਸੱਦੀ ਜਾਂਦੀ ਹੈ। ਇਸ ਬੈਠਕ ਦੇ ਵਿੱਚ ਜਿਹੜੇ ਹੈ ਅਹਿਮ ਫੈਸਲੇ ਲਏ ਜਾਣ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ, ਜਿਸ ਦੇ ਵਿੱਚ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਨਸ਼ੇ ਦੀ ਰੋਕਥਾਮ ਦੇ ਨਸ਼ੇ ਨੂੰ ਨਕੇਲ ਪਾਉਣ ਦੇ ਲਈ ਜਿਹੜੇ ਵੱਡੇ ਫੈਸਲੇ ਜਿਹੜੇ ਸੀਐਮ ਭਗਵੰਤ ਮਾਨ ਵੱਲੋਂ ਲਿੱਤੇ ਗਏ ਹੋਣਗੇ। ਇਸ ਮੀਟਿੰਗ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੇ ਵਿੱਚ ਲਗਾਤਾਰ ਜਿਹੜਾ ਵੀਡੀਓਜ਼ ਜਿਹੜੇ ਆ ਸਾਹਮਣੇ ਆ ਰਹੀਆਂ ਨੇ, ਪੰਜਾਬ ਦੇ ਵਿੱਚੋਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਲਗਾਤਾਰ ਜਿਹੜੇ ਨਸ਼ੇ ਨੂੰ ਲੈ ਕੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੇ ਵਿੱਚ ਡੁੱਬਦੇ ਜਾ ਰਹੇ ਨੇ। ਤਸਵੀਰਾਂ ਤੁਹਾਨੂੰ ਫਿਰ ਇੱਕ ਵਾਰ ਦੱਸ ਦਿੰਦੇ ਕਿ ਅਸੀਂ ਇਸ ਵੇਲੇ ਮੌਜੂਦ ਹਾਂ ਸੀਐਮ ਹਾਊਸ ਦੇ ਬਾਹਰ, ਜਿੱਥੇ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਦੀ ਜਿਹੜੀ ਮੀਟਿੰਗ ਹੈ ਉਹ ਲਗਾਤਾਰ ਜਾਰੀ ਹੈ। ਮੀਟਿੰਗ ਦੇ ਵਿੱਚ ਨਸ਼ੇ ਦੀ ਰੋਕਥਾਮ ਨੂੰ ਲੈ ਕੇ, ਨਸ਼ੇ ਦੇ ਨਕੇਲ ਕਸਣ ਦੇ ਨੂੰ ਲੈ ਕੇ ਵੱਡੇ ਫੈਸਲੇ ਜਿਹੜੇ ਲਿੱਤੇ ਜਾ ਰਹੇ ਨੇ। ਪੰਜਾਬ ਦੇ ਸੀਐਮ ਵੱਲੋਂ ਅੱਜ ਮੀਟਿੰਗ ਜਿਹੜੀ ਸੱਦੀ ਗਈ ਸੀ, ਜਿਸ ਦੇ ਵਿੱਚ ਡੀਜੀਪੀ ਪੰਜਾਬ, ਏਡੀਜੀਪੀ ਪੰਜਾਬ ਦੀ ਗੱਲ ਕੀਤੀ ਜਾਵੇ, ਚੀਫ ਸੈਕਟਰੀ ਅਤੇ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਸਨ, ਜਿਸ ਦੇ ਵਿੱਚ ਤੁਹਾਨੂੰ ਤਸਵੀਰਾਂ ਮੈਂ ਫਿਰ ਇੱਕ ਵਾਰ ਦਿਖਾਉਣਾ ਚਾਹੁੰਦਾ ਕਿ ਤਸਵੀਰਾਂ ਆਪਾਂ ਦਿਖਾ ਰਹੇ ਤੁਹਾਨੂੰ ਸੀਐਮ ਹਾਊਸ ਦੇ ਬਾਹਰ ਨੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਆਲਾ ਅਫਸਰ ਅੰਦਰ ਮੌਜੂਦ ਰਹੇ ਨੇ।
ਵੱਡੀਆਂ ਕਾਰਵਾਈਆਂ ਜਿਹੜੀਆਂ ਆਉਂਦੇ ਸਮੇਂ 'ਚ ਦੇਖਣ ਨੂੰ ਮਿਲ ਸਕਦੀਆਂ ਨੇ, ਖਾਸ ਕਰਕੇ ਨਸ਼ੇ ਦੀ ਨਕੇਲ ਨੂੰ ਲੈ ਕੇ, ਕਿਉਂਕਿ ਸਰਹੱਦੋਂ ਪਾਰ, ਕਿਉਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਪੰਜਾਬ ਜਿਹੜਾ ਇੱਕ ਬਾਰਡਰ ਸਟੇਟ ਹੈ, ਬਾਰਡਰ ਸਟੇਟ ਹੋਣ ਕਰਕੇ ਸਰਹੱਦੋਂ ਪਾਰ ਜਿਹੜਾ ਨਸ਼ੇ ਦੀ ਤਸਕਰੀ ਨੂੰ ਲੈ ਕੇ ਲਗਾਤਾਰ ਸਵਾਲ ਚੱਕੇ ਜਾ ਰਹੇ ਸਨ, ਉਸ ਦੇ ਉੱਤੇ ਰੋਕਥਾਮ ਜਿਹੜੀ ਆ ਉਸ ਨੂੰ ਲੈ ਕੇ ਵੀ ਸਵਾਲ ਚੱਕੇ ਜਾ ਰਹੇ ਸਨ। ਪਰ ਜਿਹੜੀ ਮੀਟਿੰਗ ਤੁਸੀਂ ਦੇਖ ਰਹੇ ਹੋ ਕਿ ਹੁਣ ਮੀਟਿੰਗ ਜਿਹੜੀ ਆ ਖਤਮ ਹੋ ਚੁੱਕੀ ਹੋਈ ਹੈ, ਮੀਟਿੰਗ ਤੋਂ ਖਤਮ ਹੋਣ ਤੋਂ ਬਾਅਦ ਹੁਣ ਅਫਸਰ ਜਿਹੜੇ ਨੇ ਉਹ ਬਾਹਰ ਆਉਣੇ ਸ਼ੁਰੂ ਹੋ ਚੁੱਕੇ ਹੋਏ ਨੇ। ਅਫਸਰਾਂ ਦਾ ਇਹ ਵੀ ਕਹਿਣਾ ਕਿ ਬਹੁਤ ਹੀ ਜਲਦ ਕੋਈ ਸੀਐਮ ਹਾਊਸ ਤੋਂ ਕੋਈ ਸੀਐਮਓ ਦਾ ਨੁਮਾਇੰਦਾ ਜਿਹੜਾ ਆ ਕੇ ਸਾਨੂੰ ਇਨਫੋਰਮੇਸ਼ਨ ਜ਼ਰੂਰ ਦੇਗਾ ਕੀ ਫੈਸਲੇ ਲਿੱਤੇ ਗਏ ਨੇ। ਪਰ ਹਾਲਾਂਕਿ ਇਹ ਹਾਲ ਦੀ ਘੜੀ ਤਾਂ ਇਹੀ ਇਨਫੋਰਮੇਸ਼ਨ, ਇਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਵੱਡੇ ਸਟੈਪਸ ਚੱਕਣ ਨੂੰ ਲੈ ਕੇ ਅੱਜ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ। ਫਿਰ ਭਾਵੇਂ ਉਹ ਸਰਹੱਦੋਂ ਪਾਰ ਦਾ ਆਉਣ ਵਾਲਾ ਨਸ਼ਾ ਹੋਵੇ ਜਾਂ ਫਿਰ ਜੇਕਰ ਗੱਲ ਕੀਤੀ ਜਾਵੇ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਨਸ਼ਾ ਤਸਕਰ ਪਨਪ ਰਹੇ ਨੇ, ਉਹਨਾਂ 'ਤੇ ਕਾਰਵਾਈ ਕਰਨ ਦੀ ਗੱਲਬਾਤ ਹੋਵੇ, ਸੋ ਉਸ ਚੀਜ਼ ਨੂੰ ਲੈ ਕੇ ਵੀ ਪੰਜਾਬ ਸਰਕਾਰ ਕਿਧਰੇ ਕਿਤੇ ਸਤਰਕ ਨਜ਼ਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮੀਟਿੰਗ ਜਿਹੜੀ ਹੈ ਦਿਖਾਈ ਗਈ, ਸੋ ਤਸਵੀਰਾਂ ਇੱਕ ਵਾਰੀ ਫਿਰ ਦਿਖਾ ਰਹੇ ਹਾਂ ਕਿ ਆਲਾ ਆ ਰਹੇ ਨੇ, ਸੀਐਮ ਹਾਊਸ ਤੋਂ ਬਾਹਰ ਆ ਰਹੇ ਨੇ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੀਟਿੰਗ ਤੋਂ ਬਾਅਦ ਜਿਹੜੇ ਅਫਸਰ ਸਾਹਿਬਾਨ ਨੇ ਉਹ ਬਾਹਰ ਨੂੰ ਆ ਰਹੇ ਨੇ। ਸੀਐਮ ਭਗਵੰਤ ਮਾਨ ਦੇ ਨਾਲ ਜਿਹੜੀ ਮੀਟਿੰਗ ਉਹ ਖਤਮ ਹੋ ਚੁੱਕੀ ਹੋਈ ਹੈ, ਜਿਸ ਦੇ ਵਿੱਚ ਵੱਡੇ ਫੈਸਲੇ ਨਸ਼ੇ ਦੀ ਰੋਕਥਾਮ ਦੇ ਲਈ ਵੱਡੇ ਫੈਸਲੇ ਜਿਹੜੇ ਨੇ ਉਹ ਲਿੱਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਨੇ। ਤਸਵੀਰਾਂ ਤੁਹਾਨੂੰ ਕਰੇ ਫਿਰ ਦਿਖਾ ਰਹੇ ਹਾਂ, ਸੀਐਮ ਹਾਊਸ ਦੇ ਬਾਹਰ ਦੀਆਂ ਤਸਵੀਰਾਂ ਨੇ। ਜਿੱਦਾਂ ਤੁਹਾਨੂੰ ਅਸੀਂ ਗੱਲ ਕਰ ਰਹੇ ਸੀ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੋਣ ਦੇ ਨਾਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਡਰੱਗਸ ਦੇ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਜਿਹੜੀ ਆ ਉਹ ਸਤਰਕ ਹੁੰਦੀ ਹੁਣ ਨਜ਼ਰ ਆ ਰਹੀ ਹੈ। ਹਾਲਾਂਕਿ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਪੰਜਾਬ ਦਾ ਨੌਜਵਾਨ ਕਿਤੇ ਨਾ ਕਿਤੇ ਨਸ਼ੇ 'ਚ ਡੁੱਬਦਾ ਨਜ਼ਰ ਆ ਰਿਹਾ। ਚਿੱਟੇ ਦੀ ਵਰਤੋਂ ਜਿਹੜੀ ਆ ਉਹ ਜ਼ਿਆਦਾ ਜਿਹੜੀ ਹੈ ਨਜ਼ਰ ਆ ਰਹੀ ਸੀ ਇਹਨਾਂ ਵੀਡੀਓਜ਼ ਦੇ ਵਿੱਚ, ਜਿਹਦੇ ਵਿੱਚ ਲਗਾਤਾਰ ਇਹ ਵੀ ਦਿਖਾਇਆ ਗਿਆ ਕਿ ਕਈ ਥਾਵਾਂ ਦੇ ਉੱਤੇ ਤਾਂ ਪੂਰਾ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਨਸ਼ੇ ਦਾ ਸੇਵਨ ਕਰਦੇ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ, ਜਿਸ ਨੂੰ ਲੈ ਕੇ ਭਗਵੰਤ ਮਾਨ ਵੱਲੋਂ ਅੱਜ ਇੱਕ ਵੱਡੀ ਮੀਟਿੰਗ ਜਿਹੜੀ ਹਾਈ ਲੈਵਲ ਮੀਟਿੰਗ ਜਿਹੜੀ ਹੈ ਆਪਣੇ ਨਿਵਾਸ ਥਾਂ ਦੇ ਵਿੱਚ ਸੱਦੀ ਗਈ ਸੀ, ਜਿਸ ਦੇ ਵਿੱਚ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਸੱਦਿਆ ਗਿਆ ਸੀ ਅਤੇ ਨਸ਼ੇ ਦੇ ਉੱਤੇ ਨਕੇਲ ਕੱਸਣ ਨੂੰ ਲੈ ਕੇ ਜੋ ਜਾਣਕਾਰੀ ਸਾਹਮਣੇ ਆਈ ਉਸ ਨੂੰ ਲੈ ਕੇ ਵੱਡੇ ਫੈਸਲੇ ਜਿਹੜੇ ਨੇ ਭਗਵੰਤ ਮਾਨ ਵੱਲੋਂ ਲਿੱਤੇ ਗਏ। ਹੁਣ ਦੇਖਣਾ ਇਹ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀਗਾ, ਦਾਅਵੇ ਕੀਤੇ ਗਏ ਸਨ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ, ਉਸ ਦੇ ਉੱਤੇ ਹੁਣ ਕਿਸ ਤਰੀਕੇ ਦੇ ਐਕਸ਼ਨ ਸਾਨੂੰ ਦੇਖਣ ਨੂੰ ਮਿਲਣਗੇ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਦੇਖਣ ਯੋਗ ਜ਼ਰੂਰ ਹੋਏਗਾ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਇਨ ਨਰੂਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।